ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਜਾਮਸ ਸਟਡੀ ਵੀ ਤੇ ਜੋਬ ਅਲਰਟ ਤੇ ਤਾਂ ਇੱਕ ਅਪਡੇਟ ਜਿਹੜੀ ਨਿਕਲ ਕੇ ਆਈ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਤਾਂ ਕਾਫੀ ਪੰਬਲ ਭੂਸਾ ਪੈ ਚੁੱਕਿਆ ਸੋ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਹੜੀਆਂ ਚੋਣਾਂ ਤੇ ਰੋਕ ਲੱਗੀ ਹੈ ਕਿਹੜੇ ਪਿੰਡਾਂ ਦੇ ਵਿੱਚ ਇਹ ਚੋਣਾਂ ਨੇ ਜਿਹੜੀਆਂ ਰੱਦ ਹੋਈਆਂ ਨੇ ਤਾਂ ਤੁਸੀਂ ਵੀ ਇਸ ਜਾਣਕਾਰੀ ਨੂੰ ਆਪਣਾ ਫਰਜ ਸਮਝਦੇ ਹੋਏ ਅੱਗੇ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਜਿਹੜੇ ਉਮੀਦਵਾਰ ਚੋਣ ਲੜ ਰਹੇ ਐ ਮਾਹੌਲ ਆ ਜਿਹੜਾ ਪਿੰਡਾਂ ਦੇ ਵਿੱਚ ਚੋਣਾਂ ਦਾ ਭਖਿਆ ਹੋਇਆ ਹੈ ਆਪਣੀ ਮਿਹਨਤ ਹੈ ਚਾਹੇ ਉਹ ਉਮੀਦਵਾਰ ਹੈ ਸਰਪੰਚੀ ਦੀ ਚੋਣ ਲੜਨ ਵਾਲਾ ਚਾਹੇ ਮੈਂਬਰ ਹੈ ਤਾਂ ਆਪਣੀ ਆਪਣੀ ਮਿਹਨਤ ਕਰ ਰਹੀ ਹੈ ਕਈ ਲੋਕ ਹੈ ਖਰਚਾ ਹੁਣ ਹੋ ਜਾਂਦਾ ਆਪਾਂ ਸਾਰੀ ਜਾਣਦੇ ਆ ਤਾਂ ਸਾਰੀ ਇਹ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਦੇ ਆ ਤਾਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨਾਲ ਜੁੜੀ ਜਿਹੜੀ ਇਹ ਅਪਡੇਟ ਆਈ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਹਾਈ ਕੋਰਟ ਨੇ ਸਖਤ ਫੈਸਲਾ ਜਿਹੜਾ ਸੁਣਾਇਆ ਹੈ ਹਾਈ ਕੋਰਟ ਨੇ ਪੰਜਾਬ ਵਿੱਚ ਪੰਚਾਇਤੀ ਚੋਣਾਂ ਉੱਤੇ ਰੋਕ ਹੈ ਜਿਹੜੀ ਲਗਾ ਦਿੱਤੀ ਹੈ ਇਹ ਰੋਕ ਅਦਾਲਤ ਤੱਕ ਪਹੁੰਚ ਕਰਨ ਵਾਲੀਆਂ ਥਾਵਾਂ ਉੱਤੇ ਜਿਹੜੀ ਲਾਈ ਗਈ ਹੈ ਉਹ ਪਿੰਡ ਜਿਨ੍ਹਾਂ ਨੇ ਅਦਾਲਤ ਤੱਕ ਜਿਹੜੀ ਪਹੁੰਚ ਕੀਤੀ ਹੈ ਸੋ ਪਹਿਲਾਂ ਵੀ ਇਹ ਮਾਮਲਾ ਹਾਈ ਕੋਰਟ ਦੇ ਵਿੱਚ اٹਕਿਆ ਹੋਇਆ ਸੀਗਾ ਜਿਹੜੀਆਂ ਪਟੀਸ਼ਨਾਂ ਖਾਰਜ ਕੀਤੀਆਂ ਸੀਗੀਆਂ 300 ਦੇ ਕਰੀਬ ਜਿਹੜੀ ਪਟੀਸ਼ਨ ਸੀ ਉਹੀ ਇਹ ਅਪਡੇਟ ਹੈ ਸੋ ਪਹਿਲੇ ਜਿਹੜੀਆਂ ਖਾਰਜ ਕਰਤੀਆਂ ਸੀਗੀਆਂ ਪਟੀਸ਼ਨਾਂ ਜਿਹੜੀਆਂ ਪਾਈਆਂ ਗਈਆਂ ਸੀ ਕੋਈ ਸਮੱਸਿਆਵਾਂ ਨੂੰ ਲੈ ਕੇ ਜਾਂ ਜਲਦੀ ਚੋਣਾ ਕਰਾਉਣ ਨੂੰ ਲੈ ਕੇ ਜਾਂ ਸ਼ਡਿਊਲ ਜਾਰੀ ਨਾ ਹੋਣ ਲੈ ਕੇ ਇਦਾਂ ਦੀ ਤੁਸੀਂ ਨਿਊ ਸੁਣੀ ਹੋਏਗੀ ਤਾਂ ਉਹਨਾਂ ਜਿਹੜੇ ਪਿੰਡਾਂ ਤੇ ਉਹਨਾਂ ਥਾਵਾਂ ਤੇ ਅਦਾਲਤ ਦੇ ਵੱਲੋਂ ਰੋਕ ਹੈ ਜਿਹੜੀ ਲਾਈ ਗਈ ਹੈ ਤਾਂ 300 ਦੇ ਕਰੀਬ ਇਹ ਪੰਚਾਇਤਾਂ ਨੇ ਹਾਈ ਕੋਰਟ ਨੇ ਸਰਕਾਰ ਤੋਂ ਇੱਕ ਘੰਟੇ ਅੰਦਰ ਜਾਣਕਾਰੀ ਜਿਹੜੀ ਮੰਗੀ ਸੀ ਹਾਈ ਕੋਰਟ ਨੇ ਪੁੱਛਿਆ ਸੀ ਕਿ ਸੂਬਾ ਚੋਣ ਕਮਿਸ਼ਨਰ ਦੀ ਨਿਯੁਕਤੀ ਜਿਹੜੀ ਕਿਵੇਂ ਹੋਈ ਕੀ ਸਰਕਾਰ ਪੰਚਾਇਤੀ ਚੋਣਾਂ ਦਾ ਨੋਟੀਫਿਕੇਸ਼ਨ ਵਾਪਸ ਜਿਹੜਾ ਲਵੇਗੀ ਅਤੇ ਸਰਕਾਰ ਹੋਰ ਸਹੀ ਤਰੀਕੇ ਨਾਲ ਚੋਣ ਕਰਵਾਉਣ ਲਈ ਤਿਆਰ ਹੈ ਨਹੀਂ ਤਾਂ ਹਾਈ ਕੋਰਟ ਕੋਈ ਆਦੇਸ਼ ਜਿਹੜਾ ਜਾਰੀ ਕਰੇਗਾ ਤਾਂ ਹੁਣ ਹਾਈ ਕੋਰਟ ਨੇ ਇਸ ਸਬੰਧੀ ਹੁਕਮ ਜਾਰੀ ਕੀਤਾ ਹੈ ਹਾਈ ਕੋਰਟ ਨੇ ਚੋਣਾਂ ਉੱਤੇ ਰੋਕ ਲਗਾ ਦਿੱਤੀ ਹੈ ਉਨਾ ਰੋਕ ਉਨਾ ਪਿੰਡਾਂ ਵਿੱਚ ਲਾਈ ਹੈ ਜਿਨ੍ਹਾਂ ਨੇ ਅਦਾਲਤ ਤੱਕ ਪਹੁੰਚ ਕੀਤੀ ਸੀ ਕਹਿਣ ਤੋਂ ਬਾਅਦ ਕਿ ਸਾਰੇ ਪਿੰਡਾਂ ਦੇ ਵਿੱਚ ਚੋਣਾਂ ਰੱਦ ਜਿਹੜੀਆਂ ਨਹੀਂ ਹੋਈਆਂ ਜਿਹੜੇ ਜਿਹੜੇ ਪਿੰਡ ਨੇਗੇ ਤੇ ਜਿਹੜੀਆਂ ਪੰਚਾਇਤਾਂ ਨੇ ਹਾਈ ਕੋਰਟ ਤੱਕ ਜਿਨ੍ਹਾਂ ਨੇ ਪਹੁੰਚ ਕੀਤੀ ਸੀਗੀ 300 ਦੇ ਕਰੀਬ ਇਹ ਪੰਚਾਇਤਾਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਤਾਂ ਇਹ ਅਪਡੇਟ ਆਈ ਹੈ ਬਾਕੀ ਹੋਰ ਜਾਣਕਾਰੀ ਕਲੀਅਰਲੀ ਜਿਹੜੀ ਆ ਜਾਊਗੀ ਜਦੋਂ ਵੀ ਜਿਵੇਂ ਵੀ ਜਾਣਕਾਰੀ ਆਈ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਧੰਨਵਾਦ